ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਸ ਵੇਲੇ ਸਿੰਗਾਪੁਰ ਤੋਂ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਦਿਖਾਈਆਂ, ਪਰ ਇਹ ਬਹੁਤ ਅਹਿਮ ਵੀਡੀਓ ਬਣਾਉਣ ਲੱਗੇ ਹਾਂ। ਖਾਸ ਤੌਰ 'ਤੇ ਇਹ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਲਈ ਬਹੁਤ ਜ਼ਰੂਰੀ ਹੈ। ਅੱਜ ਗੱਲ ਆਪਾਂ ਨੇ ਇੱਕ ਪਰਿਵਾਰ ਦੀ ਕਰਨੀ ਹੈ ਜਿਨ੍ਹਾਂ ਦੇ ਕੋਲ ਅਸੀਂ ਰੁਕੇ ਹੋਏ ਹਾਂ। ਮੈਂ ਤਾਂ ਪਹਿਲਾਂ ਵੀ ਇੱਥੇ ਰੁਕਿਆ ਸੀਗਾ ਅਤੇ ਬਿੱਟੂ ਬਾਈ ਮੇਰੇ ਨਾਲ ਹੈ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਪਹਿਲੀ ਵਾਰ ਰੁਕਿਆ ਬਾਈ ਤੇ ਮੈਂ ਤੇ ਜਗਦੀਪ ਥਲੀ ਬਾਈ ਇੱਕ ਗੱਲ ਕਰ ਰਹੇ ਸੀਗੇ ਜੀ, ਅਸੀਂ ਪੰਜਾਬ ਬਾਰੇ, ਹੈ ਨਾ, ਕਿਉਂਕਿ ਅਸੀਂ ਪੰਜਾਬ ਤੋਂ ਪੰਜਾਬ ਬਾਰੇ ਸੋਚਾਂਗੇ ਥਲੀ ਸਾਹਿਬ। ਹਾਂਜੀ, ਤੇ ਪੰਜਾਬੀਆਂ ਬਾਰੇ ਇੱਕ ਗੱਲ ਬਹੁਤ ਮਸ਼ਹੂਰ ਸੀ, ਕਹਿੰਦੇ ਵੀ ਪੰਜਾਬੀ ਆਓ ਭਗਤ ਲਈ ਤੇ ਗੱਲਾਂ ਬਾਤਾਂ ਲਈ ਬਹੁਤ ਮਸ਼ਹੂਰ ਨੇ ਜੀ। ਜਿੱਦੇ ਦੇ ਅਸੀਂ ਅੱਜ ਟੈਕਨੀਕਲ ਤੇ ਤਰੱਕੀ ਵਾਲੇ ਯੁੱਗ ਚ ਵੜ ਗਏ ਨਾ, ਸਾਡੇ ਘਰੋਂ ਦਰਖਤ ਨਿੰਮਾਂ ਵੀ ਪੱਟੀਆਂ ਗਈਆਂ, ਬਰੋਟੇ ਵੀ ਗਏ, ਸਾਡੀਆਂ ਸੱਥਾਂ ਵੀ ਗਈਆਂ, ਸਾਡੀਆਂ ਦਾਦੇ ਦਾਦੀਆਂ ਦੀਆਂ ਗੱਲਾਂ ਵੀ ਗਈਆਂ ਤੇ ਪਿਆਰ ਵੀ ਗਿਆ, ਸੰਸਕਾਰ ਵੀ ਗਏ, ਸੰਸਕਾਰ ਵੀ ਗਏ। ਅਸੀਂ ਨਾ ਆਹ ਘਰੇ ਆ ਕੇ ਜਿਹੜੀ ਚੀਜ਼ ਦੇਖੀ ਆ ਤੁਹਾਨੂੰ ਦਿਖਾਉਣੀ ਚਾਹੁੰਦੇ ਆ ਜੀ। ਮਤਲਬ ਬਈ 60-70 ਸਾਲ ਪਹਿਲਾਂ ਇਹ ਪਰਿਵਾਰ ਸਿੰਗਾਪੁਰ ਦੇ ਵਿੱਚ ਆਉਂਦਾ ਤੇ ਥਲੀ ਸਾਹਿਬ ਨੂੰ ਪਹਿਲੀ ਵਾਰ ਪਹਿਲਾਂ ਮਿਲੇ ਹੋਏ ਸੀ ਤੇ ਸਾਨੂੰ ਪਹਿਲੀ ਵਾਰ ਇਸ ਵਾਰ ਮਿਲ ਰਹੇ ਆ। ਜੋ ਪਿਆਰ ਤੇ ਸਤਿਕਾਰ ਮਾਤਾ ਜੀ ਹੁਣਾਂ ਨੇ, ਭੈਣ ਜੀ ਹੁਣਾਂ ਨੇ, ਪਰਿਵਾਰ ਨੇ ਸਾਨੂੰ ਇੱਥੇ ਆਇਆਂ ਨੂੰ ਦਿੱਤਾ, ਹੱਥੀਂ ਖਵਾਇਆ ਪਿਆਇਆ, ਹੱਥੀਂ ਸਾਂਭਿਆ, ਅਸੀਂ 2 ਦਿਨ ਰੁਕ ਸਕੇ ਹਾਂ ਸਿੰਗਾਪੁਰ ਕਿਉਂਕਿ ਅੱਗੇ ਨਿਊਜ਼ੀਲੈਂਡ ਜਾ ਰਹੇ ਹਾਂ। ਤੇ ਉਹ ਕਹਿੰਦੇ 2 ਦਿਨ ਲਈ ਕਾਹਤੋਂ ਆਏ ਸਾਡੇ ਕੋਲ, ਤੁਸੀਂ 8-10 ਦਿਨ 15 ਦਿਨ ਕਿਉਂ ਨਹੀਂ ਲੈ ਕੇ ਆਏ? ਤੁਸੀਂ ਗੱਲਾਂ ਸੁਣਿਓ, ਅਸੀਂ ਹੁਣ ਜ਼ਿਆਦਾ ਨਹੀਂ ਲੰਬਾ ਕਰਦੇ ਤੇ ਉਹਨਾਂ ਦਾ ਸੁਭਾਅ ਵੇਖਿਓ। ਮਤਲਬ ਜਿਹੜੀ ਪੰਜਾਬ 'ਚੋਂ ਚੀਜ਼ ਮਿਸ ਕਰ ਰਹੇ ਹਾਂ ਨਾ, ਉਹ ਤੁਹਾਨੂੰ ਇੱਥੇ ਇਸ ਪਰਿਵਾਰ 'ਚੋਂ ਮਿਲੂਗੀ ਤੇ ਅਸੀਂ ਚਾਹੁੰਦੇ ਹਾਂ ਵੀ ਆਪਾਂ ਉਹ ਜਿਉਂਦੀ ਰੱਖੀਏ, ਇਹ ਪਰਿਵਾਰਾਂ ਤੋਂ ਆਪਾਂ ਇਹ ਚੀਜ਼ਾਂ ਨੂੰ ਆਪਾਂ ਸਿੱਖੀਏ ਤੇ ਉਹਨੂੰ ਮਰਨ ਨਾ ਦੇਈਏ। ਬਿਲਕੁਲ, ਤੇ ਜੀ ਘਰ ਹੈ ਅੰਦਰ, ਪਰ ਇਹ ਪਰਿਵਾਰ ਇਹ ਵੀ ਨਹੀਂ ਹੈਗਾ ਵੀ ਅਸੀਂ ਚੈਨਲ ਤੋਂ ਆ ਜੀ ਇਸ ਕਰਕੇ ਸਾਨੂੰ ਸਾਂਭਿਆ ਹੋਇਆ। ਸਾਨੂੰ ਖਾਸ ਤੌਰ ਤੇ ਇੱਕ ਗੱਲ ਕਹੀ ਗਈ ਹੈ ਔਰ ਪਹਿਲੇ ਵੀ ਕਹੀ ਗਈ ਸੀਗੀ ਵੀ ਜੇ ਕੋਈ ਆਉਂਦਾ ਹੈ ਸਿੰਗਾਪੁਰ ਆਉਣਾ, ਉਹਨਾਂ ਨੂੰ ਨਹੀਂ ਪਤਾ ਲੱਗਦਾ ਤਾਂ ਸਾਡਾ ਨੰਬਰ ਦੇ ਦਿਓ, ਬਹੁਤ ਵੱਡੀ ਗੱਲ ਹੁੰਦੀ ਹੈ ਇਹ ਕਹਿਣੀ। ਤੇ ਅਸੀਂ ਜੇ ਕੋਈ ਸਾਡੇ ਘਰ ਰਿਸ਼ਤੇਦਾਰ ਆ ਜਾਵੇ, 2 ਦਿਨ ਰੁਕ ਜੇ, 30 ਦਿਨ ਸਾਡੇ ਮੱਥੇ ਵੱਟ ਪੈ ਜਾਂਦੇ ਆ। ਇਸੇ ਕਰਕੇ ਮੈਂ ਇਹ ਵੀਡੀਓ ਅਸੀਂ ਕਿ ਸੋਚਿਆ ਵੀ ਯਾਰ ਅਸੀਂ ਵਿਊਜ਼ ਦੀ ਗੇਮ ਨਹੀਂ ਖੇਡਦੇ, ਪਰ ਜਿਹੜਾ ਤਾਣਾ ਬਾਣਾ ਸਾਡਾ ਹਿੱਲਿਆ ਹੋਇਆ ਉਸ ਤਾਣੇ ਬਾਣੇ ਨੂੰ ਕਿਸੇ ਨੂੰ ਦਿਖਾ ਕੇ ਕੁਝ ਸਾਨੂੰ ਸਿੱਖਿਆ ਮਿਲ ਜੇ ਤਾਂ ਉਹ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ। ਲੋਕ ਹਾਂਜੀ ਥਲੀ ਸਾਹਿਬ, ਬੇਬੇ ਜੀ ਉਹਨਾਂ ਦੀ ਉਮਰ 80 ਸਾਲ ਦੇ ਕਰੀਬ ਆ, ਬੇਬੇ ਜੀ ਕਹਿੰਦੇ ਅਸੀਂ 17 ਸਾਲ ਦੀ ਉਮਰ ਚ ਬੇਬੇ ਜੀ ਇੱਥੇ ਆ ਗਈ ਸਿੰਗਾਪੁਰ, ਜਿਵੇਂ ਆ ਬੇਬੇ ਇੱਦਾਂ ਹੀ ਆ ਨਾ। ਤੇ ਦੇਖਣ ਵਾਲੇ ਨੂੰ ਸਤਿ ਸ਼੍ਰੀ ਅਕਾਲ ਜ਼ਰੂਰ ਬੁਲਾ ਦੇ ਬੇਬੇ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਇੱਕ ਗੱਲ ਵੇਖੋ, ਇਹਨਾਂ ਦੇ ਚਿਹਰੇ ਤੇ ਰੌਣਕ ਵੇਖੋ, ਹੈਨਾ, ਇਹਨਾਂ ਦੇ ਹਸਬੈਂਡ ਸਾਹਿਬ ਬਾਪੂ ਜੀ, ਬਾਪੂ ਟਹਿਲ ਸਿੰਘ ਜੀ, ਉਹ ਵੈਦ ਸੀਗੇ ਜੀ, ਬਹੁਤ ਵੱਡੇ ਵੈਦ ਸੀ, ਇੱਥੇ ਵੱਡੇ ਵੈਦ ਸੀਗੇ, ਇੱਥੋਂ ਦੇ ਸਿੰਗਾਪੁਰ ਦੇ ਵਿੱਚ ਜਾਣੇ ਪਛਾਣੇ ਆਪਣੇ। ਅੱਛਾ, ਹੱਡਾਂ ਪੈਰਾਂ ਦੇ ਵੀ ਮਾਹਰ ਸੀਗੇ, ਜਿਵੇਂ ਪਿੰਡਾਂ ਦੇ ਵਿੱਚ ਆਪਾਂ ਕਹਿੰਦੇ ਹੱਡਾਂ ਪੈਰਾਂ ਦਾ ਸਿਆਣਾ ਬੰਦਾ, ਕਿਉਂਕਿ ਉੱਤੇ ਭੱਜੇ ਵੀ ਤੋੜ ਜੋੜ ਦਿੰਦੇ ਜੋੜ ਦਿੰਦੇ ਸਾਰੇ ਉਹਨਾਂ ਨੇ ਪਿੰਡ ਗਾਏ ਆ ਤੁਰ ਕੇ। ਅੱਛਾ ਜੀ, ਤੁਰ ਕੇ ਜਾਂਦੇ ਹੁੰਦੇ ਸੀ ਆਪ ਬੰਨਣ। ਜੀ ਜੀ ਬਿਲਕੁਲ ਸਿੱਖਦੇ ਸੀ ਨਾ ਜਦੋਂ। ਬਾਪੂ ਜੀ ਹੋਰਾਂ ਦਾ ਕਿਹੜਾ ਪਿੰਡ ਹੈ ਜੀ ਪਿੱਛੇ? ਪੰਜ ਗ੍ਰਾਈ ਕੋਟਕਪੂਰੇ ਦੇ ਨਾਲ ਜੀ, 5 ਗ੍ਰਾਈ ਕਲਾਂ ਤੇ ਖੁਰਦ ਉੱਥੇ ਨੇ। ਤੇ ਉਹ ਬੇਬੇ ਜੀ ਫਿਰ ਉਹਨਾਂ ਸਮਿਆਂ ਚ ਕੀ ਮਾਹੌਲ ਸੀ, ਕਿੰਨੇ ਕੁ ਪੰਜਾਬੀ ਹੁੰਦੇ ਸੀ ਇੱਥੇ ਜਦੋਂ ਤੁਸੀਂ ਆਏ ਹੋਗੇ? ਤੁਸੀਂ ਜਦੋਂ ਸਿੰਗਾਪੁਰ ਚ ਪਹਿਲਾਂ ਤੁਸੀਂ ਕਿਤਾਬ ਦੇ 17 ਸਾਲ ਦੇ ਆ ਗਏ ਸੀ ਤਕਰੀਬਨ? ਲੋਕ ਇੱਕ ਸਾਈਕਲਿੰਗ ਬਹੁਤ ਕਰਦੇ ਨੇ, ਮਤਲਬ ਬੇਬੇ ਜੀ ਬਾਰੇ ਭੈਣ ਜੀ ਉਹਨੀ ਦੱਸਦੇ ਸੀਗੇ, ਕਹਿੰਦੇ ਜਿੰਨਾ ਸਾਡੇ ਬੱਚੇ ਤੁਰਦੇ ਨੇ, ਜਿੰਨਾ ਸਾਡਾ ਪਰਿਵਾਰ ਤੁਰਦਾ, ਬੇਬੇ ਓਨਾ ਹੀ ਤੁਰਦੇ ਨੇ। ਐ ਨੀ ਹੈਗਾ ਵੀ ਬਜ਼ੁਰਗ ਨੇ ਘਰੇ ਛੱਡ ਜਾਈਏ, ਇੱਦਾਂ ਹੀ ਹੈ ਨਾ। ਬਿਲਕੁਲ, ਇੱਕ ਮੈਂ ਆਪਣੀਆਂ ਸਰਕਾਰਾਂ ਨੂੰ ਸਲਾਹ ਦੇਣੀ ਚਾਹੂੰਗਾ ਵੀ ਆਪਾਂ ਵੀ ਕਰ ਸਕਦੇ ਆ ਇੱਥੇ
ਵਾਕਿੰਗ ਦੇ ਲਈ ਜਾਂ ਸਾਈਕਲਿੰਗ ਦੇ ਲਈ ਐਪਸ ਨੇ, ਫਿਰ ਜਿਹੜਾ ਬੰਦਾ ਸਾਈਕਲਿੰਗ ਕਰਦਾ ਜਾਂ ਵਾਕ ਕਰਦਾ ਹੈ ਉਹਨੂੰ ਪੈਸੇ ਮਿਲਦੇ ਆ, ਕਿਉਂਕਿ ਇੱਕ ਤੇ ਪ੍ਰਦੂਸ਼ਣ ਘਟਦਾ, ਦੂਜਾ ਤੁਹਾਡੀ ਸਿਹਤ ਠੀਕ ਰਹਿੰਦੀ ਹੈ। ਆਪਣੇ ਨਾਗਰਿਕਾਂ ਲਈ ਕਿੰਨਾ ਸੋਚਦੇ, ਇੱਕ ਸੁਝਾਅ ਸਾਡੀ ਸਰਕਾਰ ਨੂੰ ਵੀ ਕੀਤਾ ਜਾ ਸਕਦਾ। ਬੇਬੇ ਜੀ, ਇਹ ਜਮੇ ਨਹੀਂ ਥੱਕਦੇ ਤੁਸੀਂ ਜਿੰਨਾ ਤੁਰਦੇ ਹੋ ਆਈ ਜਾਂਦੇ ਹੋ? ਅੱਛਾ, ਇੱਕ ਗੱਲ ਸਾਨੂੰ ਇੱਥੇ ਆ ਕੇ ਹੋਰ ਪਤਾ ਲੱਗੀ, ਜਿੱਦਾਂ ਕਹਿੰਦੇ ਜਦੋਂ ਪੰਜਾਬ ਤੋਂ ਨੌਜਵਾਨ ਮੁੰਡੇ ਕੁੜੀਆਂ ਇੱਥੇ ਆਉਂਦੇ ਆ ਨਾ, ਉਹ ਤੁਰ ਕੇ ਨਹੀਂ ਉਹਨਾਂ ਚੋਂ ਖੁਸ਼ ਹੈਗੇ, ਰਾਜੀ ਨਹੀਂ ਹੈਗੇ, ਥੱਕ ਜਾਂਦੇ ਆ। ਇਹ ਘੁਮਾਉਣਾ ਚਾਹੁੰਦੇ ਆ ਵੀ ਦੱਬ ਕੇ ਘੁੰਮੋ ਤੁਰੋ ਆ ਜਾਓ, ਤੇ ਅਸੀਂ ਪੈਰ ਫੜ ਕੇ ਆਏ ਆ ਕੱਲ ਅੰਕਲ ਜੀ ਨੇ ਵੀ ਸਾਨੂੰ ਘਰ ਲੈ ਜਾਓ ਜੀ। ਅੱਛਾ ਸਲੀ ਸਾਹਿਬ, ਤੁਸੀਂ ਮੂਹਰੇ ਆ ਜਾਓ ਕੈਮਰੇ ਦੇ, ਤੇ ਕੋਈ ਕੋਈ ਦਿੱਕਤ ਨਹੀਂ, ਜੀਵਨਾ ਕੋਲੇ ਚੱਲੋ ਲੈ ਕੇ ਆ ਜਾਓ। ਬਿਲਕੁਲ, ਇਹ ਉਹ ਪਰਿਵਾਰ ਆ ਜਿਹੜੇ ਲੋਕ ਮੁਨਕਰ ਆ ਨਾ ਵੀ ਲੋਕਾਂ ਚ ਕਹੀ ਜਾਂਦੇ ਜੀ ਰੱਬ ਨੀ ਵੱਸਦਾ, ਤਾਂ ਇੱਕ ਵਾਰ ਇੱਥੇ ਆਇਓ। ਇਹ ਮੈਂ ਹੀ ਨਹੀਂ ਇੱਥੇ, ਅਸੀਂ ਚੈਨਲ ਤੋਂ ਇਸ ਕਰਕੇ ਨਹੀਂ, ਮੈਂ ਪਹਿਲਾਂ ਵੀ ਕਿਹਾ, ਇੱਕ ਡਾਇਰੀ ਹੈਗੀ ਇਹਨਾਂ ਕੋਲ ਗੈਸਟ ਡਾਇਰੀ, ਉਹਦੇ ਵਿੱਚ ਤੁਸੀਂ ਦੇਖ ਲਿਓ ਭਰੀ ਪਈ ਹੈ, ਜਿਹੜੇ ਜਿਹੜੇ ਆਉਂਦੇ ਆ ਆਂਟੀ ਹੋਰਾਂ ਕੋਲ, ਤਾਂ ਉਹ ਆਪਣੇ ਵਿਊਜ਼ ਦਿੰਦੇ ਆ ਵੀ ਸਾਨੂੰ ਕਿਸ ਤਰ੍ਹਾਂ ਲੱਗਿਆ ਇੱਥੇ, ਉਹ ਸਾਰਾ ਤੁਸੀਂ ਆਪਾਂ ਨੂੰ ਲਿਖ ਸਕਦੇ ਹੋ। ਪਰ ਬਹੁਤ ਸਾਰੇ ਅੱਜ ਦੀ ਡੇਟ ਦੇ ਵਿੱਚ ਕਿਸੇ ਅਨਨੋਨ ਦੇ ਉੱਤੇ ਵਿਸ਼ਵਾਸ ਕਰਨਾ ਬਹੁਤ ਔਖੀ ਗੱਲ ਹੈ, ਪਰ ਬਹੁਤ ਵੱਡਾ ਜਿਗਰ ਹੈ ਇਹਨਾਂ ਦਾ। ਔਰ ਮੈਂ ਇਹਦੇ ਆਪਾਂ ਸ਼ਰਧਾਂਜਲੀ ਵੀ ਕਹਿੰਦੇ, ਇੱਕ ਨਮਸਕਾਰ ਵੀ ਕਹਿੰਦੇ ਆ ਵੀ ਅਸੀਂ ਇਹ ਨਮਸਕਾਰ ਬਾਪੂ ਟਹਿਲ ਸਿੰਘ ਜੀ ਹੋਰਾਂ ਨੂੰ ਕਰਦੇ ਹਾਂ। ਪੈਸਾ ਸਾਂਭ ਕੇ ਅਮੀਰ ਹੋਣਾ ਵੱਖਰੀ ਗੱਲ ਹੈ, ਪਰ ਚੰਗੇ ਸੰਸਕਾਰ ਬਜ਼ੁਰਗਾਂ ਦੀ ਵਿਰਾਸਤ ਨੂੰ ਸਾਂਭ ਕੇ ਰੱਖਣਾ, ਉਸ ਤੋਂ ਵੀ ਵੱਡੀ ਅਮੀਰੀ ਹੁੰਦੀ ਹੈ। ਇਹ ਭੈਣ ਜੀ ਹੋਰੀ, ਮਾਤਾ ਜੀ ਹੋਰੀ ਦਿਲ ਦੇ ਅਮੀਰ ਲੋਕ ਨੇ, ਸੋ ਭੈਣੇ ਆ ਜਾਓ ਮਾੜਾ ਜਿਹਾ ਮਿੰਟ, ਸਤਿ ਸ਼੍ਰੀ ਅਕਾਲ ਭੈਣੇ। ਤੇ ਭੈਣ ਜੀ ਉਹਨਾਂ ਨੂੰ ਜਦੋਂ ਅਸੀਂ ਮਿਲੇ ਨਾ, ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ 'ਚ ਦੇਖੀ ਥਲੀ ਸਾਹਿਬ, ਹਰ ਕੰਮ ਹੱਥੀ, ਉੱਥੇ ਆਪਾਂ ਚੀਜ਼ਾਂ ਕੋਠੀਆਂ ਪਾ ਲਈਆਂ, ਕਾਰਾਂ ਆ ਗਈਆਂ, ਪਰ ਹੱਥੋਂ ਕੰਮ ਛੱਡ, ਹੋਟਲ ਤੋਂ ਆ ਮੰਗਾ ਲਓ, ਫਲਾਣਾ ਮੰਗਾ ਲਓ, ਪਰ ਹਰ ਕੰਮ ਹੱਥੀ ਭੱਜਦੇ ਆ। ਸਾਨੂੰ, ਮੈਂ ਜ਼ਰੂਰ ਭੈਣ ਜੀ ਕਹੂੰਗਾ, ਕਿਉਂਕਿ ਸਾਡੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਵਿਆਹ ਹੁੰਦੇ ਆ ਜੀ, ਉਹਨਾਂ ਦੇ ਕੁਛ ਸਮੇਂ ਦੇ ਬਾਅਦ ਕੇਸ ਚੱਲਣ ਲੱਗ ਜਾਂਦੇ ਜੀ ਤਲਾਕ ਦੇ, ਜਾਂ ਕਹਿੰਦੇ ਜੀ ਵਿਚੋਲੇ ਨੂੰ ਕੋਈ ਦੋਸ਼ ਦੇ ਜਾਂਦਾ, ਉਹਦੇ ਕਾਰਨ ਇਹ ਆ ਵੀ ਅਸੀਂ ਹੱਥੀ ਕੰਮ ਨਹੀਂ ਕਰਦੇ। ਉਹ ਇੱਕ ਜ਼ਰੂਰ ਮੈਂ ਕਹਿੰਦਾ, ਨਾ ਮੁੰਡਾ ਕਰਦਾ ਨਾ ਕੁੜੀ ਕਰਦੀ ਆ, ਸਾਰੇ ਹਾਂਜੀ ਕੰਮ ਕਰਨਾ ਚਾਹੀਦਾ ਜਿੰਨਾ ਵੀ ਹੋ ਸਕੇ, ਜਿੰਨਾ ਕਰ ਸਕਦੇ ਆ। ਸਪੈਸ਼ਲੀ ਕਿਚਨ ਚ ਬਹੁਤ ਕੰਮ ਹੈ ਜਿਹੜੇ ਆਪਣੇ ਆਪ, ਪਰ ਇਹ ਬਿਜ਼ੀ ਜਿਹੜੀਆਂ ਬਿਜ਼ੀ ਕੁੜੀਆਂ ਬਾਹਰ ਕੰਮ ਕਰਨ ਜਾਂਦੇ ਉਹਨਾਂ ਵਾਸਤੇ ਚੱਲ ਓਕੇ ਹੋਊਗਾ ਵੀ ਹਾਂ ਰਿਜ਼ਿਊਮ ਉਸ ਤਰ੍ਹਾਂ ਦੇ ਆ, ਪਰ ਮੋਸਟਲੀ ਆਪਾਂ ਨੂੰ ਜ਼ਿਆਦਾ ਵੱਧ ਤੋਂ ਵੱਧ ਆਪਣੇ ਘਰ ਦੇ ਕੰਮ ਕਰਨੇ ਚਾਹੀਦੇ ਆ। ਆਪ ਵੀ ਅਸੀਂ ਕਰਦੇ, ਜਿਵੇਂ ਆਹ ਮੇਰਾ ਕਿਚਨ ਵੇਸਟ ਹੈ, ਇਹ ਵੀ ਮੇਰਾ ਕੰਪੋਸਟ ਜਾਊਗਾ ਤੇ ਆਹ ਮਤਲਬ ਕਿ ਜੋ ਛੋਟਾ ਮੋਟਾ ਘਰ ਦਾ ਕੰਮ ਹੈ, ਸਫਾਈ ਵਗੈਰਾ ਸਾਰੀ ਆਪਾਂ ਆਪ ਹੀ ਕਰਦੇ ਹਾਂ, ਸਾਰਾ ਆਪਾਂ ਨੂੰ ਨੀ ਲੋੜ ਨੀ ਪੈਂਦੀ। ਬਾਕੀ ਸਿਹਤ ਜਿੰਨਾ ਚਿਰ ਸਾਥ ਦੇ ਰਹੀ ਹੈ। ਥਲੀ ਸਾਹਿਬ, ਉਹ ਭੈਣ ਜੀ ਉਹਨਾਂ ਨੂੰ ਉਹ ਗੱਲ ਪੁੱਛੋ, ਖੰਡ ਤੇ ਲੂਣ ਵਾਲੀ ਜਿਹੜੀ ਆਪਾਂ ਚੀਜ਼ਾਂ ਬਹੁਤ ਇਸਤੇਮਾਲ ਕਰਨ ਲੱਗ ਗਏ ਉੱਥੇ ਘਰ ਦੇ ਮਸਾਲੇ, ਸਾਡੇ ਆਪਾਂ ਖੰਡ ਨੀ ਵਰਤਦੇ, ਚਿੱਟੀ ਖੰਡ ਤਾਂ ਬਿਲਕੁਲ ਨੀ ਵਰਤਦੇ, ਤੇ ਲੂਣ ਨੀ ਵਰਤਦੇ, ਚਿੱਟਾ ਬਿਲਕੁਲ ਵੀ, ਮੈਦਾ ਨੀ ਵਰਤਦੇ, ਇਹ ਤਿੰਨੇ ਚੀਜ਼ਾਂ ਮੇਰੇ ਲੱਗਦਾ ਨੀ ਮੇਰੇ ਕਿਚਨ ਚ। ਤੁਹਾਨੂੰ ਕਹਿੰਦੇ ਹੁੰਦੇ ਯਾਰ ਆਪਣੀ ਰਸੋਈ ਸੁਧਾਰ ਲਓ ਤੇ ਤੁਹਾਡਾ ਪਰਿਵਾਰ ਤੰਦਰੁਸਤ ਹੋਜੂ, ਸੁਧਰ ਜੂ। ਇਹ ਲੂਣ ਹੈ ਹਨਾ, ਤੇ ਸਾਰੇ ਮੇਰੇ ਮਸਾਲੇ, ਸਾਰੇ ਖੜੇ ਮਸਾਲੇ ਨੂੰ ਆਪ ਹੀ ਮੈਂ ਘਰੇ ਪੀਸ ਲੈਣੀ ਆ। ਮਤਲਬ ਭੈਣ ਖੁਦ ਪੀਸਦੇ ਆ ਸਾਰੇ ਮਸਾਲੇ ਇੱਥੇ, ਇੰਨਾ ਸਮਾਂ ਕੱਢ ਕੇ ਵੀ। ਤੇ ਖੰਡ ਜਿਹਦੇ ਤੁਸੀਂ ਆਉਣਾ ਸੀ, ਮੈਨੂੰ ਭਾਲਣਾ ਪਿਆ ਘਰੇ ਵੀ ਖੰਡ ਹੈਗੀ ਸਾਡੇ, ਦੇਖ ਲਓ ਖੰਡ ਜਮ ਕਰਨਾ ਪੈਣੀ, ਖੰਡ ਨੀ ਹੈਗੀ। ਤੇ ਆਮ ਤੌਰ ਤੇ ਆਪਾਂ ਜਾਈਏ ਤਾਂ ਬੰਦਾ ਅੰਗਰੇਜ਼ੀ ਬੋਲਦਾ ਜਾਂ ਬਾਹਰ ਦਿਖਾਵਾ ਕਰਦੇ, ਭੈਣ ਜੀ ਉਹਨਾਂ ਦੀ ਇੱਕ ਹੋਰ ਖਾਸੀਅਤ ਵੀ ਮਾਂ ਬੋਲੀ ਦੇ ਨਾਲ ਜੁੜੇ ਹੋਏ ਆ, ਉਹ ਠੇਠ ਸ਼ਬਦ ਬੋਲਦੇ ਨੇ ਜਿਹੜੇ ਸ਼ਾਇਦ ਅੱਜ ਦੀ ਡੇਟ ਦੇ ਵਿੱਚ ਅਸੀਂ ਵੀ ਇੰਨੇ ਅੱਜ ਨਹੀਂ ਜਾਣਦੇ। ਭੈਣ ਹੋਣੀ ਕਹਿ ਰਹੇ ਸੀ ਕੁੰਜੀ ਕਿੱਥੇ ਆ, ਕੁੰਜੀ ਝੱਗਾ ਥੈਲਾ, ਉਹ ਚੀਜ਼ਾਂ ਦੇਖੋ, ਅਸੀਂ ਕੋਈ ਸਾਡੇ ਘਰ ਆ ਜਾਵੇ ਅਸੀਂ ਅੰਗਰੇਜ਼ੀ ਉਹਨੂੰ ਦਿਖਾਵਾ ਕਰਦੇ ਹਾਂ, ਆਪਾਂ ਆਪਣੀ ਮਾਂ ਬੋਲੀ ਨਾਲ ਜੁੜਦੇ। ਤੇ ਇੱਥੋਂ ਦੀਆਂ ਸਰਕਾਰਾਂ, ਜੇ ਤੁਸੀਂ ਕਿਸੇ ਵੀ ਦੇਸ਼ ਤੋਂ ਆਏ ਹੋ ਤਾਂ ਤੁਹਾਡੀ ਜਿਹੜੀ ਮਾਂ ਬੋਲੀ ਹੈ
ਉਹ ਤੁਹਾਨੂੰ ਆਉਣੀ ਜ਼ਰੂਰੀ ਚਾਹੀਦੀ ਔਰ ਲਾਜ਼ਮੀ ਇੱਥੇ ਸਬਜੈਕਟ ਹੈ ਚਾਹੀਦੀ ਹੈ ਸੰਗ ਪਾਸ ਹੋਵੇ ਫਿਰ ਯੂਨੀਵਰਸਿਟੀ ਚ ਐਡਮਿਸ਼ਨ ਮਿਲਦੀ। ਅੱਛਾ ਤੁਸੀਂ ਮਾਂ ਬੋਲੀ ਪਹਿਲਾਂ ਪਾਸ ਕਰਨਾ ਪੈਂਦਾ ਟੈਸਟ? ਹਾਂ ਜਿਹੜੇ ਬੱਚੇ ਆਪਦੀ ਮਦਰ ਟੰਗ ਮਾਂ ਦੀ ਮਾਂ ਬੋਲੀ ਹੈ ਨਾ ਉਹਦਾ ਜ਼ਰੂਰ ਪੜ੍ਹਾਈ ਕਰਨੀ ਪੈਂਦੀ ਹੈ ਜ਼ਰੂਰ ਕਰਨੀ ਪੈਂਦੀ ਫਿਰ ਯੂਨੀਵਰਸਿਟੀ ਚ ਐਡਮਿਸ਼ਨ ਹੁੰਦੀ ਹੈ। ਆਹ ਵੇਖ ਲਓ ਦੇਖੋ ਇੱਥੋਂ ਦੀਆਂ ਸਰਕਾਰਾਂ ਤੁਹਾਡੀ ਬੋਲੀ ਪ੍ਰਤੀ ਕਿੰਨੀਆਂ ਚਿੰਤਾ ਤਨ ਬਿਲਕੁਲ ਤੇ ਸਾਨੂੰ ਧਰਨੇ ਲਗਾਉਣੇ ਪੈਂਦੇ ਆ ਉੱਥੇ ਵੀ ਬਾਈ ਸਾਡੀ ਮਾਂ ਬੋਲੀ ਨੂੰ ਬਚਾਉਣ ਦੇ ਲਈ ਜਾਂ ਹੋਰ ਗੱਲਾਂ ਕਰਨ ਦੇ ਲਈ ਤੇ ਇਹ ਇਹ ਵੱਡੀਆਂ ਗੱਲਾਂ ਹੈਗੀਆਂ ਇਹਨਾਂ ਲਈ ਸਾਡੀਆਂ ਸਰਕਾਰਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਚਿੰਤਾ ਦੀ ਗੱਲ ਹੈਗੀ ਆ ਔਰ ਇਹਦੇ ਲਈ ਸਰਕਾਰਾਂ ਨਾਲੋਂ ਆਪਾਂ ਨੂੰ ਪਰਿਵਾਰਾਂ ਨੂੰ ਧਿਆਨ ਦੇਣ ਦੀ ਲੋੜ ਆਪਾਂ ਪਰਿਵਾਰਾਂ ਚ ਘਰਾਂ ਦੇ ਵਿੱਚ ਕਿਉਂ ਆਪਾਂ ਛੱਡੀ ਜਾਂਦੇ ਆਪਾਂ ਸੀਨੀਅਰ ਆਪਣਾ ਸਰਕਾਰਾਂ ਨੇ ਵੀ ਕਹਿੰਦੇ ਉਹ ਵੀ ਨੀ ਨਾ ਕਿਉਂਕਿ ਆਪਾਂ ਘਰਾਂ ਦੇ ਵਿੱਚ ਆਪਾਂ ਬੱਚਿਆਂ ਦੇ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ ਆਪਾਂ ਆਪ ਹੀ ਨੀ ਬੋਲਦੇ ਜੀ ਜਿਵੇਂ ਪਰ ਇੱਥੇ ਦੀਆਂ ਸਰਕਾਰਾਂ ਨੇ ਤੁਹਾਨੂੰ ਇੱਕ ਲਾਜ਼ਮੀ ਕਰਤਾ ਨਾ ਕਿ ਉਹ ਚਿੰਤਾ ਕਰ ਹਾਂ ਉਹ ਵੀ ਕਰਤਾ ਪਰ ਫਿਰ ਫਸਟ ਜਿਹੜਾ ਪਹਿਲਾ ਹੈ ਨਾ ਸਟੈਪ ਪਹਿਲਾ ਜਿਹੜੀ ਮੁੱਢਲੀ ਆਪਣੇ ਹੱਥੀ ਆਪਣਾ ਕਾਜ ਆਪ ਹੀ ਸਵਾਰੀਏ ਵਾਲੀ ਗੱਲ ਹੈ ਨਾ ਪਹਿਲਾਂ ਆਪ ਤੋਂ ਸ਼ੁਰੂ ਕਰਨਾ ਪਊ ਮੈਨੂੰ ਇਹ ਕਹਿੰਦੀ ਮੈਂ ਦੂਜੇ ਨੂੰ ਕਹਿਣ ਨਾਲੋਂ ਪਹਿਲਾਂ ਆਪ ਨੂੰ ਸ਼ੁਰੂ ਕਰੋ ਕੁਛ ਵੀ ਕੋਈ ਵੀ ਚੀਜ਼ ਆਪਾਂ ਜੋ ਦੂਜੇ ਚ ਦੇਖਣੀ ਪਹਿਲਾਂ ਆਪ ਚ ਲੈ ਕੇ ਆਉਣੀ ਜਿੰਨਾ ਚਿਰ ਆਪਣੇ ਆਪ ਚ ਨੀ ਆਉਂਦੀ ਇਹੀ ਗੱਲ ਭੈਣੇ ਤੁਹਾਡੇ ਸਭ ਤੋਂ ਵੱਡੀ ਵੇਖੀ ਤੁਸੀਂ ਹਰ ਕੰਮ ਹਰ ਗੱਲ ਆਪਣੇ ਤੋਂ ਸ਼ੁਰੂ ਕਰਦੇ ਹੋ ਹਨਾ ਇਹ ਅਸਲੀਅਤ ਸ਼ੁਰੂਆਤ ਆਪਣੀ ਵੱਡੀ ਹੁੰਦੀ ਹੈ ਥਲੀ ਸਾਹਿਬ ਜਿਵੇਂ ਆਪਾਂ ਜਿਹੜੀਆਂ ਚੀਜ਼ਾਂ ਇੱਥੇ ਨੋਟ ਕੀਤੀਆਂ ਕੋਸ਼ਿਸ਼ ਮੇਰੀ ਇਹ ਰਹਿੰਦੀ ਹੈ ਕਿ ਹਾਂ ਜ਼ਰੂਰ ਕੋਈ ਵੀ ਅਨਨੋਨ ਜਿਵੇਂ ਫੋਨ ਤੁਸੀਂ ਬੇਸ਼ਫਿਕਰ ਹੋ ਕੇ ਦੇ ਸਕਦੇ ਹਾਂ ਮੇਰਾ ਨੰਬਰ ਨੋਟ ਕਰਾ ਸਕਦੇ ਹਾਂ ਦੇ ਸਕਦੇ ਹਾਂ ਜੀ ਅਸੀਂ ਇੱਥੇ ਦੇਤਾ ਤੁਹਾਨੂੰ ਤਾਂ ਬਹੁਤ ਜ਼ਿਆਦਾ ਫੋਨ ਲੱਗ ਜਾਣਗੇ ਉਹ ਚਲੋ ਜਿਵੇਂ ਵੀ ਮਤਲਬ ਕਿ ਦਾਣਾ ਪਾਣੀ ਜਿੱਥੋਂ ਦਾ ਲਿਖਿਆ ਨਾ ਉਹ ਲਿਖਿਆ ਉਹਨੂੰ ਮੈਂ ਭਾਵਾਂ ਖੁਸ਼ ਹੋ ਕੇ ਦੇਵਾਂ ਭਾਵਾਂ ਮੱਥੇ ਵੱਟ ਪਾ ਕੇ ਉਹਦਾ ਲਿਖਿਆ ਵਾ ਕਹਿੰਦੇ ਨਾ ਦਾਣਾ ਪਾਣੀ ਚੁੱਕ ਲਿਆਉਂਦਾ ਕੌਣ ਕਿਸੇ ਦੇ ਆਉਂਦਾ ਕੋਈ ਨੀ ਕਿਸੇ ਦੇ ਆਉਂਦਾ ਹੈ ਨਾ ਇਹ ਸਭ ਦਾ ਦਾਣਾ ਪਾਣੀ ਹੈ ਪਰ ਇਹੀ ਹੈ ਵੀ ਹਾਂ ਦੇ ਸਕਦੇ ਹਾਂ ਜਿੰਨਾ ਵੀ ਮੈਂ ਕਰ ਸਕੀ ਆਪਾਂ ਮਦਦ ਕਰ ਸਕੀ ਜ਼ਰੂਰ ਕਰਾਂਗੇ ਪਹਿਲਾਂ ਕੋਈ ਤੁਹਾਡੇ ਚੱਲਦਾ ਆ ਰਿਹਾ ਜੀ ਇਸ ਤਰ੍ਹਾਂ ਵੀ ਜੇ ਕੋਈ ਆਉਂਦਾ ਜਾਂ ਬਾਪੂ ਜੀ ਨਾਲ ਜਦੋਂ ਦੇ ਪਾਏ ਆ ਕੋਦੇ ਵੀ ਆਉਣਾ ਆਵਾਜਾਈ ਰਹਿੰਦੀ ਆ ਕਿ ਸਾਡੇ ਤਾਂ ਪਹਿਲਾਂ ਤਾਂ ਚੱਲ ਸਾਡੇ ਡੈਰੀ ਨੀ ਸੀ ਅਸੀਂ ਡੈਰੀ ਮੈਂਸ਼ਨ ਕਰਤੀ ਅਸੀਂ ਉਹ ਨੋਟ ਰਖਵਾ ਲੈਂਦੇ ਹਾਂ ਸਾਨੂੰ ਪਤਾ ਲੱਗਦਾ ਰਹਿੰਦਾ ਪਹਿਲਾਂ ਤਾਂ ਅਸੀਂ ਬਾਪੂ ਜੀ ਹੋਣਾ ਦੇ ਕੋਲੇ ਵੀ ਆਉਣ ਆਇਆ ਗਿਆ ਆਉਣਾ ਜਿਵੇਂ ਕੋਈ ਮਨ ਜਿਹੜੇ ਆਉਂਦੇ ਆ ਜਾਂ ਕੋਈ ਕੰਮ ਵਾਲੇ ਮਰੀਜ਼ ਵੀ ਆਉਂਦੇ ਸੀ ਹਾਂ ਪਹਿਲਾਂ ਮਰੀਜ਼ ਵੀ ਆਉਂਦੇ ਸੀ ਹਾਂ ਉਹਨਾਂ ਨੂੰ ਬਹੁਤ ਭੁੱਖੇ ਆਉਂਦੇ ਸੀਗੇ ਨਰਨੇ ਕਾਲ ਜੀ ਆਉਂਦੇ ਸੀਗੇ ਨਬ ਜੀ ਵਿਖਾਉਣ ਵਾਸਤੇ ਫਿਰ ਉਹ ਦਿੰਦੇ ਸੀਗੇ ਖਾਣਾ ਜਰੂਰ ਬੇਬੇ ਜੇ ਦੇ ਕੇ ਭੇਜਦੇ ਪਰ ਹੁਣ ਇਹ ਹੈਗਾ ਵੀ ਚਲੋ ਉਹ ਤਾਂ ਨਹੀਂ ਆਉਂਦੇ ਪਰ ਉਹ ਜੇ ਕਿਸੇ ਨੂੰ ਲੋੜ ਜਿਵੇਂ ਕੋਈ ਵੀ ਆਉਂਦਾ ਮਿਲਦਾ ਆਪਾਂ ਕੋਸ਼ਿਸ਼ ਕਰਦੇ ਹਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਬਾਕੀ ਦਾ ਵਾਹਿਗੁਰੂ ਨੇ ਜਿਵੇਂ ਲਿਖਿਆ ਦਾਣਾ ਪਾਣੀ ਉਹਦੇ ਹੱਥ ਉਹ ਕਰਾ ਰਿਹਾ ਅਸੀਂ ਖੁਦ ਨਹੀਂ ਕਰੇ ਪਰ ਸਾਨੂੰ ਚੰਗਾ ਬਹੁਤ ਲੱਗਦਾ ਹਾਂ ਅਸੀਂ ਬਹੁਤ ਖੁਸ਼ ਹੁੰਦੇ ਹਾਂ ਸਾਰੇ ਇਹ ਨਹੀਂ ਕਿ ਮੈਂ ਇਕੱਲੀ ਜਾਂ ਬੇਬੇ ਜੀ ਅਸੀਂ ਸਾਰੇ ਬਾਕੀ ਸਾਰੇ ਪਰਿਵਾਰ ਵੀ ਪੂਰੀ ਕੋਸ਼ਿਸ਼ ਕਰਦੇ ਆ ਤੇ ਮੈਂ ਇਹ ਚਾਹੁੰਦੀ ਹਾਂ ਥੋੜਾ ਥੋੜਾ ਬੱਚਿਆਂ ਚ ਜਾਵੇ ਕਿਉਂਕਿ ਅੱਜ ਕੱਲ੍ਹ ਦੇ ਬੱਚੇ ਥੋੜੇ ਜਿਹੇ ਮਤਲਬ ਵੀ ਹੋ ਰਹੇ ਆ ਬਿਲਕੁਲ ਅਸੀਂ ਤਾਂ ਆਪ ਕਹਿੰਦੇ ਸੀ ਬਿੱਟੂ ਭਾਈ ਵੀ ਕਹਿੰਦਾ ਸੀ ਵੀ ਅਸੀਂ ਆਪਣੇ ਪਰਿਵਾਰ ਨੂੰ ਜ਼ਰੂਰ ਇੱਕ ਵਾਰ ਅਸੀਂ ਇੱਥੇ ਮਿਲਾ ਕੇ ਜਾਈਏ ਕਿਉਂਕਿ ਇਹ ਸੰਸਕਾਰ ਹੁੰਦੇ ਔਰ ਇਹ ਚੀਜ਼ਾਂ ਲੈਣੀਆਂ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਕਿਸੇ ਦੇ ਜਾਂਦੇ ਹੋ ਤਾਂ ਕੁਝ ਨਾ ਕੁਝ ਇਨਸਾਨ ਗ੍ਰਹਿਣ ਜ਼ਰੂਰ ਨਹੀਂ ਅਸੀਂ ਵੀ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਉਹਨਾਂ ਵੀਰ ਜੀ ਤੋਂ ਬਹੁਤ ਕੁਝ ਪਤਾ ਲੱਗਿਆ ਬਹੁਤ ਕੁਝ ਅਸੀਂ ਕੁਝ ਵੀ ਨਹੀਂ ਹੈਗੇ ਉਹਨਾਂ ਤੋਂ ਆਪਾਂ ਪੈਰ ਅਰਗੇ ਵੀ ਨਹੀਂ ਜ਼ਿੰਦਗੀ ਨਾਲ ਗੁਰਤਾਜ ਸਿੰਘ ਗੁਰਤਾਜ ਵੀਰ ਜੀ ਨਾਲ ਜਿਹੜੇ ਕਿਡਨੀ ਦੇ ਡਾਇਲਸਿਸ ਦੇ ਸੈਂਟਰ ਚ ਹੁੰਦੇ ਨਾ ਬਹੁਤ ਵਧੀਆ ਲੱਗਿਆ ਤੁਹਾਨੂੰ ਵੀ ਬਿੱਟੂ ਵੀਰ ਜੀ ਨੂੰ ਵੀ ਤੁਸੀਂ ਚੰਗੇ ਖਿਆਲਾਂ ਦੇ ਵਧੀਆ ਖਿਆਲਾਂ ਨਾਲ ਆਏ ਆ ਫੇਰ ਮਤਲਬ ਕਿ ਇਹ ਨਹੀਂ ਹੈਗਾ ਕਿ ਹਾਂ ਇਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਇਹ ਪਰਿਵਾਰ ਨੇ ਜਿੰਨੀ ਕੁ ਸਾਡੀ ਇੱਥੇ ਸੇਵਾ ਕੀਤੀ ਹੈ ਇਹ ਥਲੀ ਵੀਰ ਇਹ ਬਿੱਟੂ ਵੀਰ
ਅਸੀਂ ਬਹੁਤ ਪ੍ਰਭਾਵਿਤ ਹਾਂ, ਖਾਸ ਕਰਕੇ ਭੈਣ ਜੀ ਅਤੇ ਮਾਤਾ ਜੀ ਤੋਂ। ਅਤੇ ਇਹ ਵੀਡੀਓ ਬਣਾਉਣ ਦਾ ਜ਼ਿਆਦਾ ਮਕਸਦ ਇਹੀ ਸੀ, ਪੰਜਾਬ ਨੂੰ ਸਾਡੇ ਘਰਾਂ ਦੇ ਵਿੱਚ ਜਿਹੜਾ ਕੜੱਤਣ ਜੀ ਵੱਧ ਗਈ, ਵੀ ਉਹਨੂੰ ਕਿਵੇਂ ਘੱਟ ਕੀਤਾ ਜਾ ਸਕੇ। ਅਤੇ ਚਲੋ ਹੁਣ ਭੈਣ ਜੀ ਉਹਨਾਂ ਨੇ, ਮੈਂ ਪਿੱਛੇ ਹੀ ਖੜਾ ਸੀਗਾ ਅਤੇ ਮੈਂ ਚਾਹੁੰਦਾ ਸੀ ਵੀ ਨਾ ਮੂਹਰੇ, ਅਤੇ ਭੈਣ ਜੀ ਨੇ ਜ਼ਿਕਰ ਕਰਤਾ। ਅਤੇ ਇਸ ਬਰਾੜ ਪਰਿਵਾਰ ਦਾ ਮਤਲਬ ਬਹੁਤ ਵੱਡਾ, ਇਸ ਸਿਸਟਮ ਨੂੰ ਬੜੀ ਦੇਣ ਆ। ਪਹਿਲਾਂ ਬਾਪੂ ਜੀ ਉਹਨਾਂ ਦੀ ਸੀਗੀ, ਅਤੇ ਮਤਲਬ ਜੋ ਬਰਾੜ ਪਰਿਵਾਰ ਇੱਥੇ ਸਿੰਗਾਪੁਰ ਅਸੀਂ ਦੇਖਿਆ, ਤਾਂ ਅਸੀਂ ਪਿਛਲੇ 10-15 ਸਾਲ 'ਚ ਇਹੋ ਜਿਹਾ ਵਰਤਾਰਾ ਪੰਜਾਬ 'ਚ ਨਹੀਂ ਦੇਖਿਆ ਜੋ ਇਹ ਪਰਿਵਾਰ ਨੇ ਸਾਨੂੰ ਇੱਥੇ ਸਾਂਭ ਸੰਭਾਲ ਕੀਤੀ ਹੈ ਜੀ, ਅਤੇ ਸਾਨੂੰ ਸਿੱਖਣਾ ਚਾਹੀਦਾ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਇਹੀ ਕੋਸ਼ਿਸ਼ ਸੀਗੀ ਜੀ ਬਈ ਭੈਣ ਜੀ ਉਹਨਾਂ ਨੂੰ, ਤੇ ਨਹੀਂ ਬਹੁਤੀ ਵਾਰੀ ਕਹਿ ਦਿੰਦੇ ਵੀ ਤੁਸੀਂ ਰਸੋਈ ਚ ਕੈਮਰਾ ਕਾਹਤੋਂ ਮਾਰਿਆ, ਕਿਉਂਕਿ ਰਸੋਈ ਤੋਂ ਸਾਡੇ ਪਰਿਵਾਰ ਦੀ ਸ਼ੁਰੂਆਤ ਹੁੰਦੀ ਹੈ। ਇੱਥੋਂ ਸਾਨੂੰ ਜਿਹੜੀ ਸਭ ਤੋਂ ਵੱਧ ਚੀਜ਼ ਨੇ ਪ੍ਰਭਾਵਿਤ ਕੀਤਾ, ਇਹਨਾਂ ਦੀ ਮਹਿਮਾਨ ਨਵਾਜ਼ੀ, ਇਹਨਾਂ ਦੀ ਮਾਂ ਬੋਲੀ ਪੰਜਾਬੀ, ਤੇ ਇਹਨਾਂ ਦੇ ਲੂਣ ਪਹਾੜੀ ਲੂਣ ਕੁੱਟਣਾ, ਇਹਨਾਂ ਨੇ ਮਸਾਲੇ ਖੁਦ ਕੁੱਟਣੇ ਆ ਗੁੰਡੇ ਚ ਜਾਂ ਮਿਕਸੀ ਦੇ ਵਿੱਚ, ਅੱਜ ਵੀ ਹੱਥੀ ਹਰ ਚੀਜ਼ ਤਿਆਰ ਕਰਕੇ ਨੋਟ ਕਰਕੇ ਰੱਖਣੀ ਹੈ, ਕਿਉਂਕਿ ਇਹ ਕਹਿੰਦੇ ਜੀ ਰਸੋਈ ਅਸੀਂ ਸਾਂਭ ਲਈ ਨਾ ਸਾਡੇ ਬੱਚੇ ਸਾਡਾ ਪਰਿਵਾਰ ਤੰਦਰੁਸਤ ਹੈ, ਤੇ ਹਰ ਉਹ ਚੀਜ਼ ਜਿਹੜੀ ਅਸੀਂ ਪੰਜਾਬ ਦੇ ਵਿੱਚ ਕਰਦੇ ਰਹੇ ਹਾਂ ਸਾਡੇ ਦਾਦੇ ਦਾਦੀਆਂ ਨੇ ਨਾਨੇ ਨਾਨੀਆਂ ਨੇ ਕੀਤਾ, ਮਾਪਿਆਂ ਨੇ ਵੀ ਕੀਤਾ, ਅਸੀਂ ਵੀ ਛੱਡੀਏ ਨਾ। ਅਸੀਂ ਜਿਹੜੀ ਅਸੀਂ ਬਈ ਰਸੋਈ ਸਾਂਭਾਂਗੇ ਤਾਂ ਸਾਡੀ ਸਿਹਤ ਵੀ ਸੰਭਾਲ ਜਾਏਗੀ, ਜਿਹੜੀ ਚੀਜ਼ ਲਈ ਅਸੀਂ ਬਾਹਰ ਭੱਜ ਗਏ ਨਾ, ਇਹਨਾਂ ਨੇ ਬਾਹਰ ਆ ਕੇ ਵੀ ਉਹ ਚੀਜ਼ ਪੰਜਾਬ ਵਾਲੀ ਇੱਥੇ ਕਾਇਮ ਰੱਖੀ ਹੈ। ਸੋ ਆਪਣੀ ਵਿਰਾਸਤ ਨਾ ਛੱਡੋ, ਕਿਤੇ ਵੀ ਜਾਈਏ, ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਇਹਨਾਂ ਦੇ ਘਰ ਦੇ ਵਿੱਚ, ਉੱਥੇ ਵੀ ਪੂਰਾ ਸਮਾਂ ਦਿੰਦੇ ਆ। ਸੋ ਜਿਹੜੀਆਂ ਚੀਜ਼ਾਂ ਅਸੀਂ ਕਹਿੰਦੇ ਹਾਂ ਕਾਹਤੋਂ ਕਰੀਏ ਬਾਹਰ ਜਾਣਾ ਯਾਰ ਐਂ ਕਰਨਾ, ਨਹੀਂ ਇਹਨਾਂ ਨੇ ਬਾਹਰ ਆ ਕੇ ਵੀ ਉਹ ਕੀਤਾ, ਨਹੀਂ ਛੱਡੀਏ, ਜੁੜੇ ਰਹੋ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।